ਸਿੰਗਰ ਤੇ ਐਕਟਰ ਰਣਜੀਤ ਬਾਵਾ ਨੂੰ ਉਹਨਾਂ ਦੇ ਫੈਨਸ ਹਰ ਤਰ੍ਹਾਂ ਪਸੰਦ ਕਰਦੇ ਨੇ ਤੇ ਉਹ ਵੀ ਆਪਣੇ ਫੈਨਸ ਲਈ ਕੁਛ ਨਾ ਕੁਛ ਨਵਾਂ ਪੇਸ਼ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਰਿਲੀਜ਼ ਹੋਈ ਉਹਨਾਂ ਦੀ ਮੂਵੀ ਪਲਵਾਨ ਸਿੰਘ ਵਿੱਚ ਵੀ ਲੋਕਾਂ ਨੇ ਉਹਨਾਂ ਦੀ ਐਕਟਿੰਗ ਨੂੰ ਬਹੁਤ ਪਸੰਦ ਕੀਤਾ ਤੇ ਬਹੁਤ ਹੀ ਵਧੀਆ ਥੀਮ ਤੇ ਬਣੀ ਇਸ ਮੂਵੀ ਵਿੱਚ ਰਣਜੀਤ ਬਾਵਾ ਨੇ ਇਹ ਪ੍ਰੂਫ ਕੀਤਾ ਕਿ ਜ਼ਰੂਰੀ ਨਹੀਂ ਸਰੀਰਕ ਤੌਰ ਤੇ ਪਲਵਾਨ ਹੋਣ ਨਾਲ ਹੀ ਕੁਛ ਜਿੱਤਿਆ ਜਾ ਸਕਦਾ, ਬੰਦਾ ਆਪਣੀ ਸੋਚ ਤੇ ਸਮਝ ਨਾਲ ਵੀ ਪਲਵਾਨ ਬਣ ਸਕਦਾ ਹੈ। ਰਣਜੀਤ ਬਾਵਾ ਦੀ ਆਵਾਜ਼ ਦਾ ਜਾਦੂ ਤੇ ਵੈਸੇ ਹੀ ਲੋਕਾਂ ਵਿੱਚ ਛਾਇਆ ਹੋਇਆ ਹੈ, ਇਸ ਲਈ ਉਹਨਾਂ ਦੇ ਹਰ ਗਾਣੇ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਤੇ ਆਪਣੀ ਮੂਵੀਜ਼ ਵਿੱਚ ਵੀ ਉਹ ਆਪਣੀ ਆਵਾਜ਼ ਤੇ ਐਕਟਿੰਗ ਦੋਵਾਂ ਨਾਲ ਲੋਕਾਂ ਦਾ ਦਿਲ ਜਿੱਤਦੇ ਨੇ। ਇਸੇ ਤਰ੍ਹਾਂ ਹੁਣ ਆਪਣੀ ਮੂਵੀ ਦੀ ਸਕਸੈਸ ਤੋਂ ਬਾਅਦ ਰਣਜੀਤ ਬਾਵਾ ਆਪਣੇ ਅਗਲੇ ਗਾਣੇ ਲਈ ਰੈਡੀ ਹਨ। ਜੀ ਹਾਂ, ਉਹਨਾਂ ਦਾ ਨਵਾਂ ਗਾਣਾ ਜਿਸ ਨੂੰ ਕਿ ਦਿਲਜਾਨੀਆ ਟਾਈਟਲ ਦਿੱਤਾ ਗਿਆ ਹੈ, ਬਹੁਤ ਹੀ ਜਲਦ ਤੁਹਾਨੂੰ ਸੁਣਨ ਨੂੰ ਮਿਲੇਗਾ। ਔਰ ਇਸ ਗਾਣੇ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਗਿੱਪੀ ਦੀ ਮਿਊਜ਼ਿਕ ਪ੍ਰੋਡਕਸ਼ਨ ਹੰਬਲ ਮਿਊਜ਼ਿਕ ਵੱਲੋਂ ਪ੍ਰੈਜੈਂਟ ਕੀਤਾ ਜਾਏਗਾ। ਇਸੇ ਸਾਲ ਵਿੱਚ ਲਾਂਚ ਹੋਈ ਗਿੱਪੀ ਦੀ ਮਿਊਜ਼ਿਕ ਪ੍ਰੋਡਕਸ਼ਨ ਨੇ ਆਉਂਦਿਆਂ ਹੀ ਧਮਾਲ ਪਾ ਦਿੱਤੀ ਹੈ। ਉਹਨਾਂ ਦਾ ਇੱਕ ਤੋਂ ਬਾਅਦ ਇੱਕ ਹਰ ਗਾਣਾ ਹਿੱਟ ਜਾ ਰਿਹਾ ਹੈ ਤੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਰਣਜੀਤ ਬਾਵਾ ਤੇ ਗਿੱਪੀ ਦੀ ਕੋਲੈਬੋਰੇਸ਼ਨ ਨਾਲ ਤਿਆਰ ਹੋਇਆ ਗਾਣਾ ਕਿੰਨਾ ਕੁ ਵਧੀਆ ਹੋਏਗਾ। ਇਸ ਗਾਣੇ ਦੇ ਲਿਰਿਕਸ ਫਤਿਹ ਸ਼ੇਰਗਿੱਲ ਤੇ ਮਿਊਜ਼ਿਕ ਜੱਸੀ ਕਟਿਆਲ ਤੇ ਵੀਡੀਓ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤੀ ਗਈ ਹੈ ਤੇ ਇਸ ਦਾ ਪੋਸਟਰ ਵੀ ਰਿਲੀਜ਼ ਹੋ ਚੁੱਕਾ ਹੈ ਤੇ ਰਣਜੀਤ ਨੇ ਮੈਂਸ਼ਨ ਕੀਤਾ ਹੈ ਕਿ ਕਮਿੰਗ ਸੂਨ ਦਿਲਜਾਨੀਆ। ਫਾਰ ਮੋਰ ਬਾਲੀਵੁੱਡ ਐਂਡ ਪੋਲੀਵੁੱਡ ਅਪਡੇਟ ਸਬਸਕ੍ਰਾਈਬ ਆਰ ਚੈਨਲ ਸਵੇਰਾ ਸਟਾਰਟ ਟਾਕ।